ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿਸਾਨਾਂ ਵੱਲੋਂ ਕੀ ਕੀ ਰਵੰਦੀ ਕੀਤੀ ਗਈ ਕੀ ਕੀ ਕਾਰਨ ਆ ਜੀ ਕਿਸਾਨਾਂ ਦੀ ਨਾ ਗੰਨੇ ਦੀ ਸਰਕਾਰ ਮੁਰਦਾਬਾਦ ਕਿਸਾਨਾਂ ਦੀ ਗੰਨੇ ਦੀ ਪੇਮੈਂਟ ਬਕਾਇਆ ਹੈ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਕਾਂਗਰਸ ਸਰਕਾਰ ਦੀਆਂ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਉਹ ਪੇਮੈਂਟ ਬਕਾਇਆ ਖੜੀ ਹੈ ਉਹ ਪੇਮੈਂਟ ਦੀ ਖਾਤਰ ਕਿਸਾਨ ਧਰਨਾ ਲਾ ਰਹੇ ਤੁਸੀਂ ਅੱਜ ਆਏ ਹੋ ਵਿਰੋਧ ਤੁਹਾਡਾ ਕੀਤਾ ਜਾ ਰਿਹਾ ਜਦਕਿ ਤੁਸੀਂ ਕਹਿ ਰਹੇ ਹੋ ਪਿਛਲੀਆਂ ਸਰਕਾਰਾਂ ਦੀ ਪੇਮੈਂਟ ਨਾ ਪਿਛਲੀਆਂ ਸਰਕਾਰਾਂ ਦੀ ਪੇਮੈਂਟ ਰੋਕੀ ਹੋਈ ਹੈ ਤੇ ਸਾਡਾ ਤਾਂ ਕੋਈ ਕਸੂਰ ਨਹੀਂ ਹੈ ਅਸੀਂ ਤਾਂ ਸਰਕਾਰ ਹੁਣ ਬਣੀ ਹੈ ਜੇ ਦੋ ਢਾਈ ਮਹੀਨੇ ਹੋਏ ਨੇ ਹਾਂਜੀ ਕਿਸਾਨਾਂ ਦਾ ਕਹਿੰਦਾ ਕਿ ਕਾਫੀ ਰਾਸ਼ੀ ਦੇ ਉਹਨਾਂ ਦੀ ਬਕਾਇਆ ਰਾਸ਼ੀ ਹੈ ਮਾਨ ਸਾਹਿਬ ਨੇ ਵਾਅਦਾ ਕੀਤਾ ਜਿਹੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਦੇ ਜਾਇਜ਼ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਇਹ ਮਿਲਣੀ ਚਾਹੀਦੀ ਹੈ ਕਿਸਾਨ ਮਿੱਲਾਂ ਨੇ ਜਿਹੜੇ ਪੈਸੇ ਰੋਕੇ ਹੋਏ ਨੇ ਤੁਰੰਤ ਇਹ ਪੇਮੈਂਟ ਹੋਣੀ ਚਾਹੀਦੀ ਹੈ ਹੁਣ ਤੁਹਾਡਾ ਕੀ ਸਮਝੌਤਾ ਹੈ ਕੀ ਭਰੋਸੇ ਤੋਂ ਬਾਅਦ ਤੁਹਾਨੂੰ ਤੁਸੀਂ ਆਏ ਹੋ ਅਜੇ ਤਾਂ ਕੋਈ ਗੱਲ ਨਹੀਂ ਹੋਈ ਤਾਂ ਕੱਲ ਚੱਲ ਰਹੀ ਹੈ ਜੀ ਗੱਲ ਚੱਲ ਰਹੀ ਹੈ ਜੀ ਚੱਲ ਭਾਈ ਮੇਰਾ ਨਾਮ ਰਾਜਪਾਲ ਸਿੰਘ ਹੈ ਜੀ ਤੁਹਾਡੇ ਵੱਲੋਂ ਅੱਜ ਘਰਾਓ ਕੀਤਾ ਗਿਆ ਜ਼ਮੀਨੋਂ ਰਹਿਮਾਨ ਦਾ ਕੀ ਕਹੋਗੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਜੀ ਸਾਨੂੰ 3-4 ਦਿਨ ਹੋ ਗਏ ਸੀਐਮ ਮਾਨ ਦੇ ਦਫ਼ਤਰ ਮੂਹਰੇ ਧੂਰੀ ਦੇ ਵਿੱਚ ਧਰਨਾ ਲਾਏ ਨੇ ਇਹ ਧਰਨਾ ਅਸੀਂ ਇਸ ਕਰਕੇ ਲਾਇਆ ਜਿਹੜਾ ਸਾਡਾ ਧੂਰੀ ਮਿਲ ਦੇ ਬਿਨ ਕਿਸਾਨਾਂ ਦਾ 12-14 ਕਰੋੜ ਰੁਪਈਆ ਗੰਨੇ ਦਾ ਆਪਦਾ ਬਕਾਇਆ ਰਹਿੰਦਾ ਉਹ ਲੈਣ ਦੀ ਖਾਤਰ ਅਸੀਂ ਸੀਐਮ ਮਾਨ ਨਾਲ ਪਹਿਲਾਂ ਵੀ 1-2 ਵਾਰੀ ਮੀਟਿੰਗਾਂ ਕਰੀਆਂ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਅਸੀਂ ਹਫ਼ਤੇ ਦੇ ਵਿੱਚ 3 ਕਰੋੜ ਰੁਪਈਆ ਜਾਰੀ ਕਰਾਂਗੇ ਜਦੋਂ ਇਹਨਾਂ ਨੇ 1.5 ਮਹੀਨਾ ਹੋ ਗਿਆ ਉਹ ਵਾਅਦਾ ਨਾ ਪੂਰਾ ਕੀਤਾ ਤਾਂ ਅਸੀਂ ਦੁਬਾਰਾ ਧਰਨਾ ਲਾਇਆ ਧਰਨਾ ਲੱਗੇ ਨੂੰ 3-4 ਦਿਨ ਹੋ ਗਏ ਇਹੋ ਜਿਹੀ ਧੁੱਪ ਦੇ ਵਿੱਚ 45 ਅਸੀਂ ਉੱਥੇ ਜਮ੍ਹਾਂ ਆਹ ਸੜਕ ਜਿਸ ਤਰ੍ਹਾਂ ਹੁਣ ਸੜਕ ਆ ਉਹ ਸੜਕ ਦੇ ਉੱਪਰ ਬੈਠੇ ਹਾਂ ਇਹਨਾਂ ਦਾ ਕੋਈ ਵੀ ਨੁਮਾਇੰਦਾ ਕੋਈ ਵੀ 92 ਐਮਐਲਏ ਦੇ ਵਿੱਚੋਂ 1 ਵੀ ਐਮਐਲਏ ਸਾਡੇ ਕੋਲ ਨਹੀਂ ਪਹੁੰਚਿਆ ਜਦਕਿ ਸਾਨੂੰ ਅੱਜ ਪਤਾ ਲੱਗਿਆ ਵੀ ਜਿਮਣੀ ਚੋਣ ਦੇ ਅੱਜ ਇਹ ਕਾਗਜ਼ ਭਰਨ ਸੰਗਰੂਰ ਸਾਰੀ ਪਾਰਟੀ ਇਕੱਠੀ ਹੋ ਰਹੀ ਆ ਤਾਂ ਰਸਤੇ ਦੇ ਵਿੱਚ ਜਦੋਂ ਕਿਸਾਨਾਂ ਨੂੰ ਮਰੇਕ ਕੋਲੇ ਦਾ ਐਮਐਲਏ ਮਿਲਿਆ ਤਾਂ ਉਸ ਦਾ ਘਰਾਓ ਕੀਤਾ ਗਿਆ ਉਸ ਨੂੰ ਇਹ ਕਿਹਾ ਗਿਆ ਕਿ ਸਾਡੀ ਜਿਹੜੀ ਤੁਸੀਂ ਵਾਅਦੇ ਕਰੇ ਸੀ ਵੀ ਅਸੀਂ 14 ਦਿਨ ਦੇ ਵਿੱਚ ਗੰਨੇ ਦੀ ਪੇਮੈਂਟ ਕਰਾਵਾਂਗੇ ਉਹ ਤੁਸੀਂ ਕਿਉਂ ਨਹੀਂ ਕਰਾਈ ਹੈਗੀ ਫਿਰ ਸਾਡੀ ਬਹੁਤ ਟਾਈਮ ਬਹਿਸ ਚੱਲਣ ਤੋਂ ਬਾਅਦ ਇੱਥੋਂ ਦੇ ਸੰਗਰੂਰ ਦੀ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਸਾਡੇ 4-5 ਆਗੂਆਂ ਨੂੰ ਨਾਲ ਲੈ ਕੇ ਗਿਆ ਹੁਣ ਸੀਐਮ ਮਾਨ ਨਾਲ ਮੀਟਿੰਗ ਕਰਾਉਂਦੇ ਆ ਜੇਕਰ ਮੀਟਿੰਗ ਦੇ ਵਿੱਚ ਕੋਈ ਨਾ ਸਿੱਟਾ ਨਿਕਲਿਆ ਤਾਂ ਸਾਡਾ ਜੋ ਕਿਸਾਨਾਂ ਦਾ ਸੰਘਰਸ਼ ਆ ਇਹ ਇਸੇ ਤਰ੍ਹਾਂ ਜਾਰੀ ਰਹੂਗਾ ਔਰ ਅਸੀਂ ਇੱਕ ਹੋਰ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਜਿਹੜੀ ਤੁਹਾਡੀ ਜ਼ਮੀਨੀ ਚੋਣ ਆ ਜੇਕਰ ਸਾਡਾ ਬਕਾਇਆ ਨਾ ਕਿਸਾਨਾਂ ਦਾ ਪਾਇਆ ਤਾਂ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਗੱਡੀ ਦਾ ਕਰਾਓ ਸਾਡੇ ਕਿਸਾਨ ਆਗੂ ਆਉਂਦੇ ਨੇ ਜਦੋਂ ਮੀਟਿੰਗ ਤੋਂ ਬਾਅਦ ਜਿਵੇਂ ਵੀ ਸਾਨੂੰ ਕੋਈ ਹੋਰ ਦੇਣਗੇ ਅਗਲਾ ਮੀਟਿੰਗ ਕਰਨਗੇ ਉਸ ਤਰ੍ਹਾਂ ਅਸੀਂ ਕਰਾਂਗੇ ਹਾਂਜੀ ਨਾਮ ਕੀ ਤੁਹਾਡਾ ਮੇਰਾ ਨਾਮ ਰਾਮਮੇਰ ਕੁੰਡੂ ਗਾਓ ਖਰਗਾਗਰ ਜ਼ਿਲ੍ਹਾ ਜਿੰਦ ਹਰਿਆਣਾ ਕੀ ਕਹੋਗੇ ਸੰਗਰੂਰ ਦੇ ਵਿੱਚ ਤੁਸੀਂ ਘਰਾਓ ਕਰਿਆ ਮੇਲੇ ਦਾ ਕਿ ਬੇ ਹਮਾਰੀ ਗੰਡੇ ਦੀ ਪੇਮੈਂਟ 2 ਸਾਲ 3 ਮਹੀਨੇ ਹੋ ਗਏ 27 ਮਹੀਨੇ ਹੋ ਗਏ ਤੋ ਕਿਸਾਨ 27 ਮਹੀਨੇ ਅਗਰ ਉਸਕੋ ਫਸਲ ਕਾ ਪੈਸਾ ਨਹੀਂ ਮਿਲੇਗਾ ਤੋ ਖਾਏਗਾ ਕਿਆ ਬੱਚਿਆਂ ਦੀ ਫੀਸ ਵੀ ਬਣਨੀ ਹੈ ਲੜਕੀ ਦੀ ਸ਼ਾਦੀ ਵੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਸਿਰਫ 2 ਮਹੀਨੇ ਦੀ ਬਣੀ ਹੈ ਇਹਨਾਂ ਦੇ ਕੀ ਇਹਨਾਂ ਨੂੰ ਕੀ ਕਹਿੰਦੇ ਹੋ ਇਹਨੇ ਬਾਅਦ ਦੇਖੀਏ ਥੇ ਹਮ ਕਿਸਾਨੋਂ ਕੇ ਬਕਾਇਆ ਸਮੇਤ ਵਿਆਜ ਮਤਲਬ ਪੇਮੈਂਟ ਦਿਲਵਾਏਗੇ ਸਮੇਤ ਵਿਆਜ ਕਿਆ ਮੂੜ ਕੋਈ ਖਾਣੇ ਲੱਗ ਰਹੇ ਅਬ ਕਿਆ ਭਰੋਸਾ ਦਿਆ ਇਹਨਾਂ ਨੂੰ ਭਰੋਸਾ ਦਿੰਦੇ ਹਮ 3 ਦਿਨ ਬੈਠੇ ਪਾਣੀ ਵੀ ਨਹੀਂ ਪੀਣੇ ਕੋ ਮਿਲ ਰਿਹਾ ਕਿਆ ਭਰੋਸਾ ਮਾਨੇ ਇਨਗਾ ਅਬ ਕਿਆ ਭਰੋਸਾ ਦੇ ਕੇ ਗਏ ਹੈ ਭਰੋਸਾ ਦੇ ਮੀਟਿੰਗ ਹੈ ਵੀ ਹਮਾਰੇ ਲੀਡਰ ਜਾ ਰਹੇ ਹੈ ਜੋ ਨੇਤਾ ਹੈ ਦੇਖੋ ਕਿਆ ਭਰੋਸਾ ਦੇ ਹੈ ਉਹ ਗਾੜੀ ਕਬ ਛੋੜੋਗੇ ਗਾੜੀ ਜਬ ਛੋੜेंगे ਜਬ ਹਮਾਰੇ ਕੋ ਤਸੱਲੀ ਹੋ ਲੇਗੀ ਨਹੀਂ ਗਾੜੀਆਂ ਲੈ ਜਾਵਾਂਗੇ ਆਪਣੀ।